ਲਓ ਜੀ, ਕੈਨੇਡਾ ਤੋਂ ਬਹੁਤ ਹੀ ਦੁੱਖਦਾਈ ਤੇ ਮੰਦਭਾਗੀ ਖਬਰ ਆ ਰਹੀ ਆ। 3 ਸਟੱਡੀ ਬੇਸ ਤੇ ਪੜ੍ਹਨ ਗਏ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਆ। ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਸਟੱਡੀ ਬੇਸ ਤੇ ਗਏ ਹੋਏ ਸੀ, ਪੜ੍ਹਨ ਗਏ ਹੋਏ ਸੀ, ਤੇ ਜਦੋਂ ਉਹ ਕਿਸੇ ਦਫ਼ਤਰ ਆਪਣਾ ਕੰਮ ਕਰਾਉਣ ਜਾਂਦੇ ਨੇ, ਫਿਰ ਜਦੋਂ ਉੱਥੋਂ ਵਾਪਸ ਆ ਰਹੇ ਹੁੰਦੇ ਨੇ, ਉਹਨਾਂ ਦੀ ਗੱਡੀ ਦਾ ਟਾਇਰ ਫਟ ਜਾਂਦਾ ਤੇ ਟਾਇਰ ਫਟਣ ਦੇ ਨਾਲ 3 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਆ, ਜਿਨ੍ਹਾਂ ਦੇ ਵਿੱਚ 2 ਕੁੜੀਆਂ ਨੇ ਤੇ 1 ਮੁੰਡਾ, ਜਿਹੜੇ ਆਪਣੀ ਸਟੱਡੀ ਦੇ ਲਈ, ਆਪਣੀ ਪੜ੍ਹਾਈ ਦੇ ਲਈ ਕੈਨੇਡਾ ਗਏ ਹੋਏ ਸੀ, ਤੇ ਕੈਨੇਡਾ ਜਾਣ ਦੇ ਵਿੱਚ ਲੱਖਾਂ ਰੁਪਏ ਖਰਚਾ ਆਇਆ ਸੀ। ਮਾਂ ਪਿਓ ਨੇ ਪਤਾ ਨਹੀਂ ਕਿਵੇਂ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਆਪਣੇ ਘਰ ਕੋਠੀਆਂ ਗਹਿਣੇ ਰੱਖ ਕੇ ਇਹਨਾਂ ਬੱਚਿਆਂ ਨੂੰ ਉੱਥੇ ਭੇਜਿਆ ਸੀ, ਪਰ ਇਹ ਨਹੀਂ ਸੀ ਪਤਾ ਕਿ ਉੱਥੇ ਅਜਿਹਾ ਮੰਦਭਾਗਾ ਭਾਣਾ ਵਾਪਰ ਜਾਣਾ। ਜਦੋਂ ਇਹ 3 ਬੱਚੇ, 3 ਵਿਦਿਆਰਥੀ ਆਪਣਾ ਕੋਈ ਕੰਮ ਕਰਵਾ ਕੇ ਰਾਤ ਨੂੰ ਆਪਣੇ ਸ਼ਹਿਰ ਮੌਂਗਟਨ ਦੇ ਵਿੱਚ ਆ ਰਹੇ ਹੁੰਦੇ ਨੇ, ਤੇ 1 ਘੰਟੇ ਦੀ ਦੂਰੀ ਤੋਂ ਪਹਿਲਾਂ ਇਹਨਾਂ ਦੀ ਗੱਡੀ ਦਾ ਟਾਇਰ ਫਟ ਜਾਂਦਾ ਤੇ ਇਹਨਾਂ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਜਿਹੜਾ ਡਰਾਈਵਰ ਆ ਉਹ ਬਚ ਗਿਆ, ਉਹਦੀ ਜਾਨ ਬਚ ਗਈ, ਕਿਉਂਕਿ ਉਹ ਗੱਡੀ ਦੇ ਵਿੱਚ ਹੀ ਸੀ। ਇਹ ਜਿਹੜੇ 3 ਵਿਦਿਆਰਥੀ ਸੀ, ਇਹ ਗੱਡੀ ਤੋਂ ਬਾਹਰ ਡਿੱਗ ਚੁੱਕੇ ਸੀ, ਜਿਨ੍ਹਾਂ ਦੇ ਵਿੱਚ ਨਵਜੋਤ ਸੋਮਲ, ਹਰਮਨ ਸੋਮਲ ਤੇ ਰੇਸ਼ਮ ਜੱਜ ਨੇ। ਜਿਹੜੀ ਨਵਜੋਤ ਸੋਮਲ ਆ ਉਹਦੀ 23 ਸਾਲ ਉਮਰ ਆ, ਜਿਹੜਾ ਹਰਮਨ ਸੋਮਲ ਆ ਉਹਦੀ 19 ਸਾਲ ਉਮਰ ਆ, ਤੇ ਜਿਹੜੀ ਰੇਸ਼ਮ ਜੱਜ ਆ ਉਹਦੀ ਵੀ 23 ਸਾਲ ਉਮਰ ਆ। ਜਿਹੜੇ 2 ਭੈਣ ਭਰਾ ਉੱਥੇ ਮਰੇ ਨੇ, ਉਹਨਾਂ ਦੀ ਮੌਤ ਹੋਈ ਆ, ਉਹ ਮਲੌਦ ਦੇ ਪਿੰਡ ਬੁਰਕਾਰਾ ਦੇ ਦੱਸੇ ਜਾ ਰਹੇ ਨੇ। ਤੇ ਜਿਹੜੀ ਕੁੜੀ ਮਰੀ ਆ ਰੇਸ਼ਮ ਜੱਜ, ਉਹ ਸਮਾਣਾ ਦੀ ਰਹਿਣ ਵਾਲੀ ਸੀ। ਹੁਣ ਤੁਸੀਂ ਦੇਖੋ, ਜਿਹੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਜਾਂਦੇ ਨੇ, ਪੜ੍ਹਨ ਜਾਂਦੇ ਨੇ, ਉੱਥੇ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ, ਪੜ੍ਹਾਈ ਦਾ ਵੀ ਦਿਮਾਗ ਦੇ ਉੱਤੇ ਦਬਾਅ ਹੁੰਦਾ ਤੇ ਜਿਹੜਾ ਕੰਮ ਆ ਕੰਮ ਦਾ ਵੀ ਦਬਾਅ ਹੁੰਦਾ। ਤੁਸੀਂ ਦੇਖੋ, ਜੇਕਰ ਕੰਮ ਨਹੀਂ ਉਹ ਕਰਦੇ ਤੇ ਫਿਰ ਉਹਨਾਂ ਦੇ ਖਾਣ ਪੀਣ ਦਾ ਜੁਗਾੜ ਨਹੀਂ ਹੁੰਦਾ, ਜੇਕਰ ਕੰਮ ਕਰਦੇ ਨੇ ਤੇ ਫਿਰ ਪੜ੍ਹਾਈ ਵਿੱਚ ਰਹਿੰਦੀ ਆ। ਹੁਣ ਜਿਹੜੇ 3 ਵਿਦਿਆਰਥੀ ਵੱਡੀਆਂ ਉਮੀਦਾਂ ਲੈ ਕੇ ਕੈਨੇਡਾ ਦੇ ਵਿੱਚ ਪੜ੍ਹਨ ਗਏ ਸੀ, ਉੱਥੇ ਕੰਮ ਕਰਨ ਗਏ ਸੀ, ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਨਾਲ ਅਜਿਹਾ ਭਾਣਾ ਵਾਪਰ ਜਾਣਾ ਕਿ ਸਾਨੂੰ ਪੰਜਾਬ ਮੁੜਨ ਦੀ ਉਮੀਦ ਹੀ ਨਹੀਂ ਹੋਣੀ। ਮਾਪਿਆਂ ਨੇ ਵੀ ਵੱਡੀਆਂ ਖਾਹਿਸ਼ਾਂ ਨਾਲ ਇਹਨਾਂ ਵਿਦਿਆਰਥੀਆਂ ਨੂੰ, ਆਪਣੇ ਬੱਚਿਆਂ ਨੂੰ ਉੱਥੇ ਭੇਜਿਆ ਸੀ, ਕਿਉਂਕਿ ਜਿਹੜੇ ਸਾਡੇ ਬੱਚੇ ਨੇ ਜੇਕਰ ਉੱਥੇ ਜਾ ਕੇ ਚੰਗਾ ਕੰਮਕਾਰ ਕਰਨਗੇ, ਚੰਗੇ ਕੰਮ ਤੇ ਲੱਗ ਜਾਣਗੇ ਤੇ ਸਾਨੂੰ ਵੀ ਇੱਧਰ ਸੁੱਖ ਹੋਊਗਾ, ਅਸੀਂ ਵੀ ਸੁੱਖ ਮਾਣਾਂਗੇ। ਪਰ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਨਹੀਂ ਸੀ ਪਤਾ ਕਿ ਅਜਿਹੀ ਮੰਦਭਾਗੀ ਘਟਨਾ ਉੱਥੇ ਵਾਪਰ ਜਾਣੀ, ਕਿ ਸਾਡੇ ਬੱਚਿਆਂ ਨੇ ਹਮੇਸ਼ਾ ਦੇ ਲਈ ਸਾਡੇ ਕੋਲ ਕਦੇ ਵੀ ਨਹੀਂ ਆਉਣਾ। ਇਹ ਜਿਹੜੇ ਵਿਦਿਆਰਥੀ ਨੇ, ਜਿਹੜੀ ਨਵਜੋਤ ਸੋਮਲ ਤੇ ਹਰਮਨ ਸੋਮਲ, ਇਹ ਦੋਵੇਂ ਸੱਕੇ ਭੈਣ ਭਰਾ ਦੱਸੇ ਜਾ ਰਹੇ ਨੇ, ਤੇ ਜਿਹੜੀ ਰੇਸ਼ਮ ਜੱਜ ਆ ਇਹ ਇਹਨਾਂ ਦੀ ਦੋਸਤ ਦੱਸੀ ਜਾ ਰਹੀ ਆ, ਫਰੈਂਡ ਦੱਸੀ ਜਾ ਰਹੀ ਆ, ਤੇ ਇਹ ਸਮਾਣਾ ਦੀ ਆ ਕੁੜੀ ਰੇਸ਼ਮ ਜੱਜ, ਤੇ ਜਿਹੜੇ ਨਵਜੋਤ ਸੋਮਲ ਤੇ ਹਰਮਨ ਸੋਮਲ ਭੈਣ ਭਰਾ ਨੇ, ਮਲੌਦ ਦੇ ਨੇੜੇ ਬੁਰਕਾਰਾ ਪਿੰਡ ਆ, ਉੱਥੋਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਹੁਣ ਜਿਹੜਾ ਆਪਣਾ ਸਿਸਟਮ ਆ, ਜੇਕਰ ਆਪਣੇ ਸਿਸਟਮ ਨੇ ਇਹਨਾਂ ਵਿਦਿਆਰਥੀਆਂ ਨੂੰ, ਇਹਨਾਂ ਬੱਚਿਆਂ ਨੂੰ ਇੱਥੇ ਹੀ ਰੁਜ਼ਗਾਰ ਦਿੱਤਾ ਹੁੰਦਾ, ਤੇ ਇਹ ਲੱਖਾਂ ਰੁਪਈਏ ਲਾ ਕੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਕਿਉਂ ਜਾਂਦੇ? ਸਾਡੇ ਸਿਸਟਮ ਨੇ ਇੱਥੇ ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ, ਸਾਡੇ ਸਿਸਟਮ ਨੇ ਇੱਥੇ ਕਿਸੇ ਨੂੰ ਵੀ ਕੋਈ ਚੰਗਾ ਕੰਮ ਨਹੀਂ ਦਿੱਤਾ। ਜਿਹੜੇ ਪੜ੍ਹੇ ਲਿਖੇ ਨੇ ਉਹ ਥਾਂ ਥਾਂ 'ਤੇ ਠੋਕਰਾ ਖਾਂਦੇ ਫਿਰਦੇ ਨੇ, ਉਹਨਾਂ ਨੂੰ ਕੋਈ ਪੱਕਾ ਰੁਜ਼ਗਾਰ ਨਹੀਂ, ਪੱਕੀ ਨੌਕਰੀ ਨਹੀਂ, ਤੇ ਇਸੇ ਕਰਕੇ ਜਿਹੜੇ ਵਿਦਿਆਰਥੀ ਨੇ ਉਹ ਫਿਰ ਬਾਹਰ ਦੇ ਦੇਸ਼ਾਂ ਦਾ ਰੁੱਖ ਕਰਦੇ ਨੇ, ਬਾਹਰ ਦੇ ਦੇਸ਼ਾਂ ਨੂੰ ਮੂੰਹ ਕਰਦੇ ਨੇ। ਪਰ ਉੱਥੇ ਜਾ ਕੇ ਕਈ ਵਾਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਵਿਦਿਆਰਥੀ ਨੇ ਉੱਥੇ ਪੜ੍ਹਨ ਜਾਂਦੇ ਨੇ,
ਉਹਨਾਂ ਦੇ ਦਿਮਾਗਾਂ ਦੇ ਉੱਤੇ ਕਾਫੀ ਸਾਰਾ ਦਬਾਅ ਹੁੰਦਾ, ਕਾਫੀ ਸਾਰੀ ਟੈਨਸ਼ਨ ਹੁੰਦੀ, ਕਿਉਂਕਿ ਲੱਖਾਂ ਰੁਪਈਏ ਇਧਰੋਂ ਪੰਜਾਬ ਤੋਂ ਲਾ ਕੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਗਏ ਹੁੰਦੇ ਨੇ, ਉਹਨਾਂ ਦਾ ਵੀ ਦਬਾਅ ਜਿਹੜਾ ਉਸ ਦਿਮਾਗ ਦੇ ਵਿੱਚ ਹੁੰਦਾ, ਤੇ ਜਿਹੜਾ ਪੜ੍ਹਾਈ ਦਾ ਦਬਾਅ ਉਹ ਵੀ ਦਿਮਾਗ ਦੇ ਵਿੱਚ ਹੁੰਦਾ। ਪਰ ਜੇਕਰ ਸਾਡਾ ਸਿਸਟਮ ਆ ਜਿਹੜਾ ਉਹ ਇਹਨਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਦੇਵੇ ਤੇ ਕਿਸੇ ਨੂੰ ਵੀ ਬਾਹਰ ਜਾਣ ਦੀ ਲੋੜ ਨਾ ਪਵੇ। ਹੁਣ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ ਤਾਂ ਕਹਿੰਦੇ ਸੀ ਕਿ ਅਸੀਂ ਗੋਰਿਆਂ ਨੂੰ ਪੰਜਾਬ ਦੇ ਵਿੱਚ ਆਉਣ ਲਾ ਦਿਆਂਗੇ। ਮੈਂ ਇਹ ਕਹਿੰਦਾ ਕਿ ਭਗਵੰਤ ਮਾਨ ਸਾਹਿਬ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਸਾਂਭ ਲਓ, ਗੋਰਿਆਂ ਨੂੰ ਰਹਿਣ ਦਿਓ। ਗੋਰਿਆਂ ਦੇ ਜਿਹੜੇ ਦੇਸ਼ ਨੇ ਉਹ ਬਹੁਤ ਚੰਗੇ ਨੇ, ਉੱਥੇ ਉਹਨਾਂ ਕੋਲ ਕਾਫੀ ਸਾਰਾ ਰੁਜ਼ਗਾਰ ਆ, ਕਾਫੀ ਸਾਰੀ ਪੜ੍ਹਾਈ ਆ, ਜਿਹੜੇ ਉੱਥੇ ਪੜ੍ਹ ਲਿਖ ਜਾਂਦੇ ਨੇ ਉਹ ਆਪਣੇ ਇੱਥੇ ਪੰਜਾਬ ਦੀ ਤਰ੍ਹਾਂ ਧੱਕੇ ਨਹੀਂ ਖਾਂਦੇ। ਤੇ ਇਸ ਕਰਕੇ ਜਿਵੇਂ ਪੰਜਾਬ ਵਾਲੇ ਕੈਨੇਡਾ ਅਮਰੀਕਾ ਜਾਂਦੇ ਨੇ ਉਹਨਾਂ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਪੈਂਦੀ। ਜਿਹੜੇ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਇੱਥੇ ਚੰਗਾ ਰੁਜ਼ਗਾਰ ਦਿਓ। ਜੇਕਰ ਤੁਸੀਂ ਚੰਗਾ ਰੁਜ਼ਗਾਰ ਦਿੱਤਾ ਹੁੰਦਾ, ਅੱਜ ਜਿਹੜੇ 3 ਵਿਦਿਆਰਥੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਨੇ, ਇਹ ਘਟਨਾ ਨਹੀਂ ਸੀ ਵਾਪਰਨੀ। ਵਿਦੇਸ਼ਾਂ ਦੇ ਵਿੱਚ ਗਏ ਹਜ਼ਾਰਾਂ ਵਿਦਿਆਰਥੀ ਸੜਕ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਨੇ, ਸਾਡੇ ਦੇਸ਼ ਦਾ ਵੱਡਾ ਫੇਲੀਅਰ ਆ ਇਹ। ਸਾਡੇ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਇੱਕ ਚੁਣੌਤੀ ਆ, ਉਹਨਾਂ ਦਾ ਵੱਡਾ ਫੇਲੀਅਰ ਆ, ਕਿਉਂਕਿ ਉਹਨਾਂ ਸਰਕਾਰਾਂ ਨੇ ਸਾਡੇ ਇੱਥੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਦਿੱਤਾ। ਤੇ ਇਸ ਕਰਕੇ ਉਹਨਾਂ ਨੂੰ ਲੱਖਾਂ ਰੁਪਈਏ ਇੱਕ ਤਾਂ ਲਾਉਣੇ ਪਏ, ਬਾਹਰ ਜਾਣਾ ਪਿਆ, ਇੱਕ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਜੇਕਰ ਸਾਡੀਆਂ ਸਰਕਾਰਾਂ ਇਹਨਾਂ ਵਿਦਿਆਰਥੀਆਂ ਨੂੰ ਪੱਕਾ ਰੁਜ਼ਗਾਰ, ਚੰਗੀ ਨੌਕਰੀ ਦਿੰਦੀਆਂ ਤੇ ਇਹਨਾਂ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਕਦੇ ਵੀ ਲੋੜ ਨਹੀਂ ਸੀ ਪੈਣੀ। ਜਿਹੜੇ ਮੋਦੀ ਸਾਹਿਬ ਨੇ ਉਹ ਕਹਿੰਦੇ ਨੇ ਵੀ ਮੈਂ 2 ਕਰੋੜ ਨੌਕਰੀਆਂ ਦਊਂਗਾ, ਪਰ ਅੱਜ ਤੱਕ 10 ਸਾਲ ਹੋ ਚੁੱਕੇ ਨੇ, ਤੀਜੀ ਵਾਰ ਜਿਹੜੀ ਮੋਦੀ ਸਰਕਾਰ ਬਣ ਚੁੱਕੀ ਆ, ਕਿੰਨੇ ਕੁ ਨੌਜਵਾਨਾਂ ਨੂੰ ਉਹਨਾਂ ਨੇ ਰੁਜ਼ਗਾਰ ਦਿੱਤਾ, ਕਿਹੜੇ ਸਾਲ ਦੇ ਵਿੱਚ ਉਹਨਾਂ ਨੇ 2 ਕਰੋੜ ਦੀਆਂ ਨੌਕਰੀਆਂ ਦਿੱਤੀਆਂ। ਮੋਦੀ ਸਾਹਿਬ ਕਹਿੰਦੇ ਸੀ ਹਰ ਇੱਕ ਸਾਲ 2 ਕਰੋੜ ਨੌਕਰੀਆਂ ਦਿਆਂਗਾ, ਪਰ ਸਾਡੇ ਦੇਸ਼ ਦੇ ਵਿੱਚੋਂ ਲੱਖਾਂ ਹੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਲੱਖਾਂ ਰੁਪਈਏ ਲਾ ਕੇ ਬਾਹਰ ਜਾਂਦੇ ਨੇ, ਤੇ ਜਦੋਂ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਮੋਦੀ ਸਾਹਿਬ ਦੇ ਦਾਅਵਿਆਂ ਦੀ ਤੇ ਭਗਵੰਤ ਮਾਨ ਸਾਹਿਬ ਦੇ ਲਾਰਿਆਂ ਦੀ ਫੂਕ ਨਿਕਲ ਜਾਂਦੀ ਆ, ਕਿਉਂਕਿ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਕਦੀ ਵੀ ਜਿਹੜੇ ਇਹ ਬੱਚੇ ਨੇ ਦੁਬਾਰਾ ਨਹੀਂ ਮਿਲਣੇ, ਕਿਉਂਕਿ ਉਹਨਾਂ ਨੇ ਵੱਡੀਆਂ ਉਮੀਦਾਂ ਦੇ ਨਾਲ ਜਿਹੜੇ ਇਹ ਆਪਣੇ ਬੱਚੇ ਸੀ ਉਹ ਕੈਨੇਡਾ ਦੇ ਵਿੱਚ ਭੇਜੇ ਸੀ ਵੀ ਕੈਨੇਡਾ ਦੇ ਵਿੱਚ ਜਾ ਕੇ ਸੈੱਟ ਹੋ ਜਾਣਗੇ, ਉੱਥੇ ਪੱਕੇ ਹੋ ਜਾਣਗੇ। ਜੇਕਰ ਇਹ ਪੱਕੇ ਹੋ ਗਏ ਤੇ ਸਾਨੂੰ ਵੀ ਸਾਰੀ ਜ਼ਿੰਦਗੀ ਫਿਰ ਐਸ਼ ਮਿਲੂਗੀ, ਅਸੀਂ ਵੀ ਸੁੱਖ ਮਾਣਾਂਗੇ। ਪਰ ਉਹਨਾਂ ਮਾਪਿਆਂ ਨੂੰ ਇਹ ਨਹੀਂ ਸੀ ਪਤਾ ਕਿ ਉੱਥੇ ਜਾ ਕੇ ਇਹਨਾਂ ਨਾਲ ਏਡਾ ਵੱਡਾ ਹਾਦਸਾ ਵਾਪਰ ਜਾਣਾ ਕਿ ਸਾਡੇ ਬੱਚਿਆਂ ਨੇ ਸਾਰੀ ਉਮਰ ਸਾਡੇ ਕੋਲ ਵਾਪਸ ਨਹੀਂ ਆਉਣਾ। ਮੈਂ ਦੁਬਾਰਾ ਫਿਰ ਦੱਸ ਦਿਆਂ ਕਿ ਜਿਹੜੇ 3 ਵਿਦਿਆਰਥੀ ਨੇ ਉਹ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਪੜ੍ਹਨ ਗਏ ਹੋਏ ਸੀ, ਤੇ ਜਦੋਂ ਉਹ ਕਿਸੇ ਦਫ਼ਤਰ ਆਪਣਾ ਕੰਮ ਕਰਵਾ ਕੇ ਵਾਪਸ ਆ ਰਹੇ ਸੀ, ਮਾਊਂਟਨ ਸ਼ਹਿਰ ਦੇ ਵਿੱਚ ਉਹਨਾਂ ਨਾਲ ਹਾਦਸਾ ਵਾਪਰ ਗਿਆ, ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਤੇ 3 ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ। ਇੱਕ ਦਾ ਨਾਂ ਨਵਜੋਤ ਸੋਮਲ ਆ, ਇੱਕ ਦਾ ਨਾਂ ਹਰਮਨ ਸੋਮਲ, ਜਿਹੜੇ ਦੋਵੇਂ ਸੱਕੇ ਭੈਣ ਭਰਾ ਨੇ, ਤੇ ਤੀਜੀ ਜਿਹੜੀ ਵਿਦਿਆਰਥਣ ਆ ਉਹਨਾਂ ਨਾਂ ਰੇਸ਼ਮ ਜੱਜ ਆ, ਜਿਹੜੀ ਸਮਾਣਾ ਦੀ ਰਹਿਣ ਵਾਲੀ ਆ, ਤੇ ਜਿਹੜੇ 2 ਭੈਣ ਭਰਾ ਨੇ ਇਹ ਮਲੌਦ ਦੇ ਨੇੜੇ ਬੁਰਕਾਰਾ ਜਿਹੜਾ ਪਿੰਡ ਆ ਉੱਥੋਂ ਦੇ ਰਹਿਣ ਵਾਲੇ ਨੇ। ਜੇਕਰ ਸਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਹੁੰਦਾ ਤੇ ਇਹਨਾਂ ਨਾਲ ਇਹ ਅਣਹੋਣੀ ਘਟਨਾ ਕਦੇ ਵੀ ਨਾ ਵਾਪਰਦੀ। ਮੈਂ ਤੁਹਾਡਾ ਵੀਰ ਰਾਜ ਸਿੰਘ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ, ਬਹੁਤ ਮਿਹਰਬਾਨੀ।